ਸਤ ਕਰਦਾ ਹਾਂ ਵੀਰਾਂ ਤੇ ਭੈਣਾਂ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਰੇਲਵੇ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਵਿੱਚ ਤੇ ਜਿਵੇਂ ਤੁਸੀਂ ਜਾਣਦੇ ਹੋ ਹਰ ਇੱਕ ਕੈਂਡੀਡੇਟ ਦੇ ਲਈ ਅਸੀਂ ਲੈ ਕੇ ਆਨੇ ਹਾਂ ਨਵੇਂ ਤੋਂ ਨਵੀਂ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਤੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਹੁੰਚਣ ਲਈ ਤੁਸੀਂ ਸਾਡੇ ਵੈਬਸਾਈਟ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਬਟਨ ਦਬਾਰਨਾ ਭੁੱਲਣਾ ਤਾਂਕਿ ਕੋਈ ਨੋਟੀਫਿਕੇਸ਼ਨ ਤੁਹਾਡੇ ਕੋਲ ਮਿਸ ਨਰਾਜ ਆਵੇ ਤੇ ਹੁਣ ਅਸੀਂ ਗੱਲ ਕਰਾਂਗੇ ਰਿਕਰੂਟਮੈਂਟ ਦੇ ਬਾਰੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਇਸ ਤੋਂ ਇਲਾਵਾ ਹੋਰ ਕਈ ਰਿਕਰੂਟਮੈਂਟ ਦੇ ਨੋਟੀਫਿਕੇਸ਼ਨ ਨਿਕਲ ਕੇ ਆ ਗਏ ਨੇ ਜਿਨ੍ਹਾਂ ਨੂੰ ਮੈਂ ਆਲਰੇਡੀ ਵੀਡੀਓ ਦੇ ਰੂਪ ਦੇ ਵਿੱਚ ਆਪਣੇ ਚੈਨਲ ਤੇ ਪਾ ਚੁੱਕਾ ਹਾਂ ਤੇ ਜਾ ਕੇ ਇੱਕ ਵਾਰੀ ਜ਼ਰੂਰ ਚੈੱਕ ਕਰ ਲੈਣਾ ਤੇ ਉਹ ਵੀਡੀਓਜ਼ ਨੂੰ ਚੈੱਕ ਕਰਕੇ ਤੁਸੀਂ ਉਹ ਵੀ ਅਪਲਾਈ ਕਰ ਲੈਣਾ ਤੇ ਚਲੋ ਹੁਣ ਅਸੀਂ ਗੱਲ ਕਰਦੇ ਹਾਂ ਜੀ ਰੇਲਵੇ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਜਿੱਥੇ ਮੁੰਡੇ ਤੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਨੇ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹਦੇ ਵਿੱਚ ਐਜੂਕੇ ਕੁਆਲੀਫਿਕੇਸ਼ਨ ਦੀ ਕਿਸੇ ਵੀ ਰੈਕੋਗਨਾਈਜ਼ਡ ਬੋਰਡ ਜਾਂ ਯੂਨੀਵਰਸਿਟੀ ਤੋਂ ਅਗਰ ਤੁਸੀਂ 12ਵੀਂ ਪਾਸ ਕੀਤੀ ਹੋਈ ਹੈ ਠੀਕ ਹੈ ਜੀ ਔਰ ਇਸ ਦੇ ਵਿੱਚ ਤੁਸੀਂ ਜਾਂ ਇਸ ਦੇ ਇਕੁਇਲੈਂਟ ਹੈ ਕੋਈ ਵੀ ਐਗਜ਼ਾਮੀਨੇਸ਼ਨ ਜਾਂ ਐਜੂਕੇਸ਼ਨ ਕੁਆਲੀਫਿਕੇਸ਼ਨ ਰੱਖਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ 10ਵੀਂ ਕੀਤੀ ਹੈ ਪਲੱਸ ਇਹ ਦੇ ਨਾਲ ਆਈਟੀਆਈ ਜਾਂ ਫਰੈਂਚਸ਼ਿਪ ਲਈ ਹੋਈ ਹੈ ਤਾਂ ਤੁਸੀਂ ਜਿਹੜਾ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਸੋ ਇਸ ਦੇ ਵਿੱਚ ਨੈਕਸਟ ਹੈਗਾ ਜੀ ਐਗਜ਼ਾਮੀਨੇਸ਼ਨ ਫੀਸ ਕੀ ਰਹੂਗੀ ਤੇ ਇਸ ਦੇ ਵਿੱਚ ਤੁਹਾਡੇ ਲਈ 500 ਰੁਪਏ ਜਿਹੜੀ ਐਗਜ਼ਾਮੀਨੇਸ਼ਨ ਫੀਸ ਹੈਗੀ ਹੈ ਉਹ ਹੈਗੀ ਹੈ ਜਨਰਲ ਤੇ ओबीसी ਕੈਂਡੀਡੇਟ ਦੇ ਲਈ ਇਸ ਦੇ ਵਿੱਚ ਤੁਹਾਡੀ ਅਗਰ ਤੁਸੀਂ ਐਸੀ ਐਸਟੀ ਐਕਸ ਸਰਵਿਸਮੈਨ ਪੀਡਬਲਿਊਡੀ ਊਮਨ ਮਿਨੋਰਿਟੀ ਇਕਨੋਮਿਕਲੀ ਬੈਕਵਰਡ ਕਲਾਸਿਸ ਦਾ ਲੇਟਡ ਹੋ ਤਾਂ ਉਹਦੇ ਲਈ ਤੁਹਾਡੀ 250 ਰੁਪਏ ਫੀਸ ਜਿਹੜੀ ਉਹ ਲਿੱਤੀ ਜਾਏਗੀ ਔਰ ਇਹ ਜਿਹੜੀ ਐਗਜ਼ਾਮੀਨੇਸ਼ਨ ਫੀਸ ਹੈ ਉਹ ਇਹਨਾਂ ਨੂੰ ਤੁਸੀਂ ਇੰਡੀਅਨ ਪੋਸਟਲ ਆਰਡਰ ਦੇ ਥਰੂ ਜਿਹੜੀ ਹੈ ਉਹ ਦੇਣੀ ਹੈ ਉਹ ਤੁਸੀਂ ਪੋਸਟ ਆਫਿਸ ਦੇ ਵਿੱਚ ਜਾ ਕੇ ਵੀ ਡਰਾਫਟ ਕਰਾ ਸਕਦੇ ਹੋ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਕਿ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਤਾਂ ਇਹਦੇ ਲਈ ਤੁਸੀਂ ਜਿਹੜਾ ਇੱਕ ਪ੍ਰਿਸਕ੍ਰਾਈਬਡ ਫਾਰਮੈਟ ਦੇ ਵਿੱਚ ਆਪਣੀ ਪੂਰੀ ਡਿਟੇਲ ਜਿਹੜੀ ਉਹ ਫਿਲ ਕਰਨੀ ਹੈ ਤੇ ਇਹਨਾਂ ਦੇ ਦਿੱਤੇ ਗਏ ਐਡਰੈਸ 'ਤੇ ਸੈਂਡ ਕਰ ਦੇਣਾ ਜੋ ਕਿ ਹੈ ਅਸਿਸਟੈਂਟ ਪਰਸਨਲ ਆਫੀਸਰ ਹੈਡ ਕੁਆਟਰ ਰੇਲਵੇ ਬਿਲਡਿੰਗ ਕਲੱਬ ਰੋਡ ਹੁबली ਠੀਕ ਹੈ ਜੀ ਔਰ ਜਾਂ ਤੁਸੀਂ ਇਹਨਾਂ ਨੂੰ ਐਪਲੀਕੇਸ਼ਨ ਬਾਕਸ ਨੂੰ ਇਹਨਾਂ ਦੇ ਆਫਿਸ ਰੇਲਵੇ ਰਿਕਰੂਟਮੈਂਟ 셀 ਸੈਕੰਡ ਫਲੋਰ 올ਡ ਜੀਐਮ ਆਫਿਸ ਬਿਲਡਿੰਗ ਕਲੱਬ ਰੋਡ ਹੁबली ਦੇ ਵਿੱਚ ਜਾ ਕੇ ਜਿਹੜਾ ਹੈ ਉਹ ਡ੍ਰੌਪ ਵੀ ਕਰ ਸਕਦੇ ਹੋ ਸੋ ਇਹਦੇ ਲਈ ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ ਹੈਗੀ ਹੈ ਜੀ ਉਹ ਹੈਗੀ ਜੀ 28 12 2020 ਤੱਕ ਤੁਸੀਂ ਜਿਹੜਾ ਇਹਦੇ ਲਈ ਅਪਲਾਈ ਕਰ ਸਕਦੇ ਹੋ ਤੇ ਨੈਕਸਟ ਅਗਰ ਅਸੀਂ ਗੱਲ ਕਰੀਏ ਪੇ ਸਕੇਲ ਦੀ ਤੇ ਵਿੱਚ ਤੁਹਾਡੀ ਜਿਹੜੀ ਪੇ ਰਹੇਗੀ 5200 ਤੋਂ ਲੈ ਕੇ 20200 ਪਲੱਸ ਤੁਹਾਡੀ ਗ੍ਰੇਡ ਪੇ ਜੋ ਕਿ 1900 ਤੋਂ ਲੈ ਕੇ 2000 ਪੇ ਤੱਕ ਰਹੇਗੀ ਸੋ ਇਸ ਦੇ ਵਿੱਚ ਜਿਹੜੀ ਜਿਹੜੀ ਰਿਕਰੂਟਮੈਂਟ ਹੈਗੀ ਹੈ ਜੀ ਉਹ ਇਹਨਾਂ ਨੇ ਜਿਹੜੀ ਹੈ ਸਪੋਰਟਸ ਕੋਟਾ ਦੇ ਵਿੱਚ ਭਰਤੀ ਜਿਹੜੀ ਹੈ ਆਊਟ ਕੀਤੀ ਹੈ ਜੋ ਕਿ ਐਥਲੈਟਿਕਸ ਊਮਨ ਦੇ ਲਈ ਦੋ ਪੋਸਟਾਂ ਨੇ ਬੈਡਮਿੰਟਨ ਮੈਨ ਦੇ ਲਈ ਦੋ ਪੋਸਟਾਂ ਨੇ ਕ੍ਰਿਕਟ ਮੈਨ ਲਈ 3 ਪੋਸਟਾਂ ਨੇ weight lifting ਮੈਨ ਲਈ 2 ਪੋਸਟਾਂ ਟੇਬਲ ٹینس ਮੈਨ 1 ਪੋਸਟ ਹਾਕੀ ਮੈਨ 4 ਪੋਸਟ ਸਵੀਮਿੰਗ ਮੈਨ 2 ਪੋਸਟ ਤੇ ਗੋਲਫ ਮੈਨ ਦੇ ਲਈ 2 ਪੋਸਟਾਂ ਜਿਹੜੀਆਂ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਏਜ ਲਿਮਿਟ ਦੀ ਅਗਰ ਅਸੀਂ ਗੱਲ ਕਰੀਏ 18 ਤੋਂ 25 ਸਾਲ ਵਾਲੇ ਕੈਂਡੀਡੇਟ ਜਿਹੜੇ ਨੇ ਉਹ ਅਪਲਾਈ ਕਰ ਸਕਦੇ ਨੇ ਸੋ ਇਹ ਸੀਗੀ ਜੀ ਅੱਜ ਦੀ ਰਿਕਰੂਟਮੈਂਟ ਤੇ ਅਸੀਂ ਤੁਹਾਨੂੰ ਦੇ ਲਈ ਫਿਰ ਤੋਂ ਲੈ ਕੇ ਆਵਾਂਗੇ ਨਵੀਂ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਤੇ ਤਦ ਤੱਕ ਦੇ ਲਈ ਅਸੀਂ ਮਿਲਾਂਗੇ ਨਵੀਂ ਨੋਟੀਫਿਕੇਸ਼ਨ ਤਦ ਤੱਕ ਲਈ ਧੰਨਵਾਦ ਜੀ